ਅੱਜ ਦੇ ਦਿਨ ਦੀ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜੋ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨਾਲ ਜੁੜੀ ਹੋਈ ਹੈ। ਪੰਜਾਬ ਦੇ ਵਿੱਚ ਸਕੂਲ ਫੈਡਰੇਸ਼ਨ ਪੰਜਾਬ ਅਤੇ ਸਿੱਖਿਆ ਵਿਭਾਗ ਹੁਣ ਆਹਮੋ ਸਾਹਮਣੇ ਹੋ ਗਏ ਨੇ। ਸਕੂਲ ਫੈਡਰੇਸ਼ਨ ਪੰਜਾਬ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕੁਝ ਕੁ ਮੁੱਦੇ ਚੁੱਕੇ ਗਏ ਨੇ। ਉਹਨਾਂ ਨੇ ਮੁੱਦੇ ਚੁੱਕਦਿਆਂ ਕਿਹਾ ਕਿ ਅਚਨਚੇਤ ਸਕੂਲਾਂ ਵਿੱਚ ਛੁੱਟੀਆਂ ਹੋਣ ਕਰਕੇ ਬੱਚਿਆਂ ਦੇ ਬੈਗ ਸਕੂਲਾਂ ਵਿੱਚ ਹੀ ਰਹਿ ਗਏ ਨੇ। ਦੂਸਰਾ ਮੁੱਦਾ ਇਹ ਹੈ ਕਿ ਅਚਾਨਕ ਛੁੱਟੀਆਂ ਦਾ ਐਲਾਨ ਹੋਣ ਕਰਕੇ ਬੱਚਿਆਂ ਨੂੰ ਸਕੂਲਾਂ ਦਾ ਕੰਮ ਨਹੀਂ ਮਿਲ ਸਕਿਆ। ਫੈਡਰੇਸ਼ਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਇੱਕ ਗਲਤ ਫੈਸਲਾ ਕੀਤਾ ਹੈ, ਜਿਸ ਕਰਕੇ ਹੁਣ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਅਗਰ ਕੁਝ ਕੁ ਦਿਨ ਹੋਰ ਸਕੂਲ ਲੱਗਦੇ ਤਾਂ ਬੱਚਿਆਂ ਨੂੰ ਸਕੂਲ ਦਾ ਛੁੱਟੀਆਂ ਦਾ ਕੰਮ ਮਿਲ ਜਾਣਾ ਸੀ, ਤਾਂ ਕਿ ਬੱਚੇ ਘਰ ਬੈਠ ਕੇ ਸਕੂਲ ਦਾ ਕੰਮ ਕਰ ਸਕਦੇ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਦੇ ਇਸ ਫੈਸਲੇ 'ਤੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਕੋਈ ਦੁਬਾਰਾ ਵਿਚਾਰ ਕਰੇਗਾ ਜਾਂ ਨਹੀਂ। ਇਸ ਮਸਲੇ ਸੰਬੰਧੀ ਕੋਈ ਵੀ ਤਾਜ਼ਾ ਅਪਡੇਟ ਜਦੋਂ ਵੀ ਆਵੇਗੀ ਤਾਂ ਜ਼ਰੂਰ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ। ਇਸ ਵੀਡੀਓ ਦੇ ਵਿੱਚ ਇੰਨਾ ਹੀ। ਧੰਨਵਾਦ ਜੀ।